तुसी देख रहे हो सहज न्यूज चैनल नमिया ते ताजा खबरां ले सब्सक्राइब करो लाइव कवरेज ले संपर्क करो। रुड़का कलां दे मोहल्ला सराह पत्ती बुलाकी ते पत्ती रावलकी दे निवासियों वल्लों मौजूदा पंचायत मैंबर दे पति ते पानी दे निकास दे वहां नूं बदलण दे दोष लगाए हन। इस संबंधी अज दोनों मोहल्लों दे निवासियों वल्लों BDPO रुड़का कलां नूं लिखती दरखास्त दे के पानी दा वहां बदलण ते रोक लगाए जाण दी मंग कीती है। पिंड वासियों ने मंग पत्र विच दोष लगाए हन कि इह पानी दा निकास वाले खाले ते नजायज़ दुकान बनाई गई है अते पानी दा खाला अजे भी दुकान दे हेठां दी वगदा पिया है। हुणे खाला उन्हां दे घरां वल मोड़न दा यतन कीता जा रहा है। उन्हां मंग कीती कि इह पानी जित्थों दी वगदा है उसे तरह ही चलना चाहीदा है। इस बारे BDPO रुड़का कलां रामपाल राणा ने कहा है कि उन्होंने अज रुड़का कलां के निवासियों की दरखास्त प्राप्त हुई है जिसकी पड़ताल लई अधिकारी की ड्यूटी लगा दी गई है ते जल्द ही इस मसले का हल कर दिता जाएगा। उधर जो दूसरी धिर का पक्ष जानने लिए उक्त मैंबर पंचायत के पति नाल संपर्क करने का यतन किया गया तो उन्होंने कुछ भी दसण तो मना कर दिता। जबकि रुड़का कलां के सरपंच कुलविंदर कौर ने कहा कि लोगों नूं कुछ इतराज़ हैं इस करके इत्थे फिलहाल काम रोक दिता गया है। मसला सर असी कई बार पंचायत नूं बेनती की भी साडा नाली का मसला हल किया जाए। 100 साल तो पानी उत्थे दी जा रहा वह हुण धक्के ना कहिंदे असी दूसरे पासे दी कढ़ना तो हम असी BDO साहब नूं ये बेनती की भी साड़ी मौका देखा जाए तो जो सच आ उहदा हल किया जाए। दो साल हो गया जी, 2.5 साल तो ज़्यादा ही हो गया पट्टी नूं। मसला चलो नाली का सीगा पर बीह क्यों नहीं बनाई जाती उस वजह ना सर जी बनाई नहीं उन्हें। राह पट्टे कटोरा 2 साल हो गया जी राह लंघ मीह पानी च गंद पैंदा लंघना औखा हो कई लत्तां बाहां भी टुटियां ਰਾਹ ਔਖਾ ਹੋਇਆ ਸਭ ਲੰਘਣ ਪੰਚਾਇਤ ਨੂੰ ਵੀ ਕਿਹਾ ਬਾਰ ਬਾਰ ਪੰਚਾਇਤ ਨੂੰ ਕਹਿੰਦੇ ਅਸੀਂ ਉਹ ਪੰਚਾਇਤ ਕਹਿੰਦੀ ਕੋਈ ਗੱਲ ਨਹੀਂ ਕਰਾਂਗੇ ਪਹਿਲਾਂ ਪਾਣੀ ਦਾ ਮਸਲਾ ਕਰੋ ਜੀ ਕਹਿੰਦੇ ਪਾਣੀ ਦੇ ਪੈਪ ਇੱਕ ਉੱਧਰ ਪਾਉਂਦੇ ਇੱਕ ਉੱਧਰ ਪਾਉਂਦੇ ਆ ਹਰ ਵਾਰ ਪਾਣੀ ਘੁੰਮਾਉਂਦੇ ਅਸੀਂ ਕਹਿੰਦੇ ਜਿੱਥੇ ਜਾਂਦਾ ਜਾਣ ਦਿਓ ਮੰਗ ਇਹੀ ਆ ਸਾਡਾ ਜੇ ਦੀ ਪਾਣੀ ਜਾਂਦਾ ਜਾਣ ਦਿਓ ਨਹੀਂ ਤਾਂ ਉੱਥੇ ਪੁਰਾਣੀ ਬੀਹੀ ਆ ਬੀਹੀ ਕੱਢ ਦਿਓ। ਵਾਰਡ ਨੰਬਰ 3 ਵਿੱਚ ਕੰਮ ਚੱਲਦਾ ਸੀ BDO ਦੇ ਖਿਲਾਫ BDO ਮੁਹੱਲਾ ਵਾਲਿਆਂ ਨੇ BDO ਦੇ ਵਿਰੁੱਧ ਦਰਖਾਸਤ ਦਿੱਤੀ ਸੀਗੀ ਕੀ ਕਹਿਣਾ ਚਾਹੁੰਦੇ? ਹਾਂਜੀ ਕਿਉਂਕਿ ਮੁਹੱਲੇ ਵਾਲਿਆਂ ਨੂੰ ਇਤਰਾਜ਼ ਆ ਕਿ ਸਾਡਾ ਕੰਮ ਪੰਚਾਇਤ ਵੱਲੋਂ ਜਾਂਦਾ ਇਸ ਦੇ ਮੁਹੱਲੇ ਵਾਲਿਆਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ ਅਤੇ ਚਲੋ ਫਿਲਹਾਲ ਅਸੀਂ ਮੁਹੱਲੇ ਵਾਲਿਆਂ ਦੇ ਨਾਲ ਹੀ ਸਾਰਿਆਂ ਦੇ ਜਿਹਨੂੰ ਨੂੰ ਇਤਰਾਜ਼ ਆ ਅਤੇ ਸਾਡਾ ਕੰਮ ਫਿਲਹਾਲ ਬੰਦ ਆ ਫਿਰ ਅੱਗੇ ਦੇਖਦੇ ਹਾਂ। ਪਿੰਡ ਵਾਸੀਆਂ ਨੇ ਅੱਜ ਹੀ ਮੈਨੂੰ ਜਿਹੜੀ ਹੈਗੀ ਆ ਦਰਖਾਸਤ ਦਿੱਤੀ ਆ ਇਹ ਕੋਈ ਹੈਗੇ ਆਪਣੇ ਸ਼੍ਰੀ ਪਵਨ ਕੁਮਾਰ ਜੀ ਸਾਨੂੰ ਸ਼੍ਰੀ ਦੌਲਤ ਰਾਮ ਦੇ ਇਹਨਾਂ ਨੇ ਦੱਸਿਆ ਵੀ ਜਿਹੜਾ ਗਲੀ ਦਾ ਪਾਣੀ ਉਹਨਾਂ ਦੇ ਘਰ ਦੇ ਥੱਲਿਓਂ ਦੀ ਲੰਘਦਾ ਵੀ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਇਹ ਸ਼ਨਾਖਤ ਕਰਕੇ ਅਤੇ ਅਸੀਂ ਮਤਲਬ ਦੇਖਾਂਗੇ ਵੀ ਮਤਲਬ ਮੌਕਾ ਦੇਖ ਕੇ ਵੀ ਇਹ ਕਿਸ ਤਰ੍ਹਾਂ ਦਾ ਹੈਗਾ ਵੀ ਮਸਲਾ ਵੀ ਇਹ ਕਿੰਨੀ ਕੁ ਦੇਰ ਤੋਂ ਇਹਨਾਂ ਦੇ ਘਰ ਦੇ ਥੱਲਿਓਂ ਦੀ ਪਾਣੀ ਲੰਘਦਾ ਹੈਗਾ ਅਤੇ ਫਿਰ ਉਹਦੀ ਸ਼ਨਾਖਤ ਕਰਕੇ ਫਿਰ ਹੀ ਪਤਾ ਲੱਗ ਜਾਵੇਗਾ। ਵੀਰੋ ਸਾਹਿਬ ਇੱਥੇ ਜਿਹੜੀ ਇੱਕ ਨਾਲੀ ਆਪਣੀ ਗਲੀ ਬਣਦੀ ਪਈ ਆ ਪਿਛਲੇ ਸਾਲ ਅਪ੍ਰੈਲ ਮਹੀਨੇ ਦੀ ਜਿਹੜੀ ਆ ਉਹ ਕੰਮ ਜਿਹੜਾ ਉੱਥੇ ਰੁਕਿਆ ਪਿਆ ਉਹਦੇ ਕੀ ਕਾਰਨ ਹੈਗੇ? ਗਲੀ ਦਾ ਕੰਮ ਵੀ ਇਹਦੇ ਕਰਕੇ ਹੀ ਹੈਗਾ ਅਤੇ ਉਹ ਅਸੀਂ ਸਟਾਰਟ ਕਰਵਾ ਦਾਂਗੇ ਪਰ ਚੱਕਰ ਵੀ ਆ ਜਿਹੜਾ ਪਹਿਲਾਂ ਪਾਣੀ ਦਾ ਇਹਦਾ ਮੈਂ ਜਿਹੜੀ ਹੈਗੀ ਆਪਣੇ ਕਰਮਚਾਰੀਆਂ ਨੂੰ ਡਿਊਟੀ ਲਾ ਦਿੱਤੀ ਹੈਗੀ ਆ ਅਤੇ ਉਹ ਮੈਨੂੰ ਰਿਪੋਰਟ ਕਰਕੇ ਦੇਣਗੇ ਉਸ ਤੋਂ ਬਾਅਦ ਹੀ ਇਹਦਾ ਹੱਲ ਹੋ ਸਕਦਾ। ਵੀਰ ਸਰ ਦੋਸ਼ ਇਹ ਵੀ ਲੋਕਾਂ ਦਾ ਹੈਗਾ ਵੀ ਜਿਹੜਾ ਕੰਮ ਹੈ ਉੱਥੇ ਪੰਚਾਇਤ ਮੈਂਬਰ ਨਾ ਪੰਚਾਇਤ ਮੈਂਬਰਾਂ ਦੀ ਬਜਾਏ ਪਿੰਡ ਦੇ ਆਮ ਪਿੰਡੋਂ ਬਾਹਰ ਦੇ ਲੋਕ ਜਿਹੜੇ ਆ ਕੇ ਕੰਮ ਖੜੇ ਇੱਥੇ ਕਰਵਾਉਂਦੇ ਉਹਦੇ ਵਿੱਚ ਪੰਚਾਇਤ ਮੈਂਬਰ ਕੋਈ ਮੌਜੂਦ ਨਹੀਂ ਹੁੰਦਾ ਮੌਕੇ 'ਤੇ? ਇਹ ਤਾਂ ਹੁਣ ਜੀ ਆਪਣੇ ਚਾਹੇ ਸਾਡੇ ਉੱਪਰ ਕੋਈ ਪੰਚਾਇਤ ਮੈਂਬਰ ਹੈ ਚਾਹੇ ਉਹ ਅਸੀਂ ਤਾਂ ਜੋ ਵੀ ਸਹੀ ਆ ਜੇ ਕੋਈ ਨਜਾਇਜ਼ ਕਬਜ਼ਾ ਧਾਰ ਕੋਈ ਪਾਇਆ ਗਿਆ ਤਾਂ ਅਸੀਂ ਉਹਦੇ ਖਿਲਾਫ਼ ਕਾਰਵਾਈ ਕਰਦੇ।